ਤੁਹਾਨੂੰ ਪ੍ਰੋਗਰਾਮ ਜਿਹੜਾ ਕਿਸਾਨਾਂ ਦਾ ਉਹ ਕੀ ਆ ਉਹ ਦੱਸ ਚੁੱਕੇ ਆ ਕਿਸ ਤਰ੍ਹਾਂ ਉੱਥੇ ਸੰਸਦ ਲੱਗਣੀ ਹੈ ਕਿਸਾਨਾਂ ਦੀ ਉਹ ਵੀ ਦੱਸ ਚੁੱਕੇ ਆ ਹਾਲਾਂਕਿ ਸੰਸਦ ਕੰਮ ਕਿਸ ਤਰ੍ਹਾਂ ਕਰੇਗੀ ਕੀ ਕੁਝ ਮੁੱਦੇ ਵਿਚਾਰੇ ਜਾਣਗੇ ਔਰ ਕਿਸ ਤਰ੍ਹਾਂ ਵਿਚਾਰੇ ਜਾਣਗੇ ਇਹ ਤੁਹਾਨੂੰ ਉੱਥੇ ਦਿੱਲੀ ਦੇ ਬਾਰਡਰ ਤੇ ਵਿਖਾਵਾਂਗੇ ਪਰ ਉਸ ਤੋਂ ਪਹਿਲਾਂ ਖੁੰਡੇ ਵਾਲੇ ਬਜ਼ੁਰਗ ਇੱਥੇ ਬੈਠੇ ਹੋਏ ਆ ਨਾ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਪੁੱਛ ਲੈਂਦੇ ਆ ਕਿ ਉਹਨਾਂ ਦੀ ਵੀ ਤਿਆਰੀ ਹੈ ਕਿ ਨਹੀਂ ਨਾਲ ਜਾ ਰਹੇ ਹੋ ਤੁਸੀਂ ਕਿ ਨਹੀਂ ਜਾਣਾ ਜੀ ਹਾਂਜੀ ਇੱਕ ਤਾਂ 200 ਵਰਕਰਾਂ ਦਾ ਆਗੂਆਂ ਦਾ ਜਥਾ ਜਾਊਗਾ ਅੱਜ ਵਾਲਾ ਕੁਲਦੀਪ ਸਿੰਘ ਅਤੇ ਮੈਂ ਸਾਡੀ ਤਿੰਨ ਦੀ ਡਿਊਟੀ ਨਾਲ ਵਾਲਾ ਕੁਲਦੀਪ ਸਿੰਘ ਅਤੇ ਮੈਂ ਸਾਡੀ ਤਿੰਨ ਦੀ ਡਿਊਟੀ ਨਾਲ ਜਾਣ ਦੇ ਲੱਗੇ ਆ ਅਸੀਂ ਉੱਥੇ ਵਿੱਚ ਨਹੀਂ ਬੈਠਾਂਗੇ ਸੰਸਦ ਦੇ ਅਸੀਂ ਸਾਡੀ ਸੰਸਦ ਤੋਂ ਬਾਹਰ ਰਹਾਂਗੇ ਬਾਹਰ ਕੋਈ ਪ੍ਰਸ਼ਾਸਨ ਨਾਲ ਗੱਲ ਕਰਨੀ ਕੋਈ ਸਰਕਾਰ ਵੀ ਗੱਲ ਕਰ ਸਕਦੀ ਹੈ ਕੋਈ ਵੀ ਗੱਲ ਕਰਨੀ ਹੈ ਅਸੀਂ ਬਾਹਰ ਰਹਾਂਗੇ ਸੰਸਦ ਸਾਡੇ ਜਿਹੜੇ ਬੰਦੇ ਤੋਰੇ ਨੇ ਚੁਣ ਕੇ ਅਸੀਂ ਉਹੀ ਬੈਠਣਗੇ ਤਿਆਰੀ ਪੂਰੀ ਕਰ ਲਈ ਗਈ ਹਾਂ ਪੂਰੀ ਤਿਆਰੀ ਏਜੰਡਿਆਂ ਦੀ ਪਿਆਰੀ ਤਿਆਰੀ ਕਰਕੇ ਤੋਰਿਆ ਭੇਜਿਆ ਉਹਨਾਂ ਨੂੰ ਕਿਉਂਕਿ ਸੀਨੀਅਰ ਲੀਡਰ ਕਿਹਾ ਜਿਵੇਂ ਮੇਰੀ ਜਥੇਬੰਦੀ ਬਲਵੀਰ ਜਸਮੀਰ ਕੌਰ ਬੀਬੀ ਗਈ ਹੈ ਨਾਲ ਉਹਦੇ ਨਾਲ ਦੋ ਬੇਟੀਆਂ ਹੋਰ ਗਈਆਂ ਨੇਗੀਆਂ ਉਹ ਸਾਰਾ ਕੁਝ ਸਾਡੀ ਪੰਜਾਬ ਦੀ ਲੀਡਰ ਹੈ ਉਹ ਬੋਲਣ ਬਾਲਣ ਬਹੁਤ ਵਧੀਆ ਸਟੇਜ ਚਲਾਉਣ ਜਾਣਦੀ ਆ ਸਾਰਾ ਕੁਝ ਤਰੀਕਾ ਉਹਨੂੰ ਹੈਗਾ ਅੰਦਰ ਲੱਗਦਾ ਕਿ ਜਿਹੜੀ ਬਾਹਰ ਸੰਸਦ ਲੱਗਣੀ ਹੈ ਉਹਦਾ ਅਸਰ ਅੰਦਰ ਵਾਲੀ ਸੰਸਦ ਦੇ ਉੱਤੇ ਵੀ ਪਊਗਾ ਉਹ ਤਾਂ ਅੰਦਰ ਤਾਂ ਆਪਾਂ ਪਹਿਲਾਂ ਹੀ ਪਤਾ ਪਹਿਲੇ ਦਿਨ ਹੀ ਅਸਰ ਪਤਾ ਮੋਦੀ ਨੂੰ ਬੋਲਣ ਨਹੀਂ ਦਿੱਤਾ ਉਹ ਜਿਹੜਾ ਵਿਪ ਜਾਰੀ ਕਰਿਆ ਸਾਰੀ ਵਿਰੋਧੀ ਧਿਰ ਨੂੰ ਉਸ ਮੁੱਦੇ ਤੇ ਬੋਲਣਾ ਪੈ ਰਿਹਾ ਉਸ ਜੇਵਾਲ ਸਾਹਿਬ ਹਾਲੇ ਕਹਿੰਦੇ ਖੜਮਸਤੀਆਂ ਕਰਦੇ ਆ ਉਹ ਚਲੋ ਮੇਰੀ ਅਡੋਡੀ ਲੀਡਰ ਦੇ ਵਿਚਾਰ ਨੇ ਉਹ ਜਿੰਨਾ ਵੀ ਬੋਲਦੇ ਨੇ ਤਾਂ ਉਹਦਾ ਧੰਨਵਾਦ ਕਰੋ ਨਾ ਬੋਲਣਗੇ ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਕਰਾਂਗੇ ਜਿਹੜੀ ਉਹਦੇ ਨਾਲ ਕਰਦੇ ਹਾਂ ਉਹਨਾਂ ਨੂੰ ਦੇਖੀ ਜਾਂਦਾ ਹੈਗਾ ਬੋਲਣ ਲੋਕ ਇਸ ਗੱਲ ਦੇ ਲੋਕਾਂ ਦੇ ਕਹੇ ਤੋਂ ਬੋਲ ਰਹੇ ਨਾ ਉਸ ਸਾਡੇ ਕਹੇ ਤੋਂ ਮੈਂ ਕਹਿੰਦਾ ਲੋਕਾਂ ਨੇ ਇੱਕ ਵਿਪ ਜਾਰੀ ਕੀਤਾ ਉਹਦੇ ਉੱਤੇ ਉਹਨੂੰ ਬੋਲਣਾ ਹੀ ਪਊਗਾ ਇਹ ਪਰ ਪਹਿਲੀ ਵਾਰ ਹੋਇਆ 70 ਸਾਲ 'ਚ ਜਿਹੜਾ ਉਹਨੂੰ ਇਕਜੁੱਟਤਾ ਸੀ ਬੁਲਾਤਾ ਉਹਨੂੰ ਬੋਲਣਾ ਹੀ ਪਊਗਾ ਉਹਨੇ ਦਿਨ ਪੰਜਾਬ 'ਚ ਸਿਆਸਤ ਕਿਸ ਤਰ੍ਹਾਂ ਵੇਖਦੇ ਹੋ ਲੱਗਦਾ ਨਹੀਂ ਕਿ ਹੁਣ ਲੋਕ ਜਿਹੜੇ ਆ ਉਹ ਜ਼ਿਆਦਾ ਹੁਣ ਕਾਂਗਰਸ ਵਾਲੇ ਪਾਸੇ ਆਕਰਸ਼ਿਤ ਹੋਣ ਲੱਗ ਪਏ ਸਿੱਧੂ ਪ੍ਰਧਾਨ ਬਣ ਗਿਆ ਪੰਜਾਬ ਦਾ ਭਲਾ ਹੋ ਜੂਗਾ ਸਿੱਧੂ ਇਮਾਨਦਾਰ ਬੰਦਾ ਆ ਮੁੱਦੇ ਪੰਜਾਬ ਦੀ ਗੱਲ ਕਰਦਾ ਕਿ ਪੰਜਾਬ ਦਾ ਏਜੰਡਾ ਲੈ ਕੇ ਆਉਣਾ ਮੈਂ ਆਹੋ ਸਿੱਧੂ 3-4 ਪਾਰਟੀਆਂ ਬਦਲਿਆ ਚੰਗਾ ਇਮਾਨਦਾਰ ਹੈ ਹੁਣ ਪਹਿਲਾਂ ਕਾਂਗਰਸ ਵਾਲੇ ਨੂੰ ਗਾਲਾਂ ਕੱਢਦਾ ਰਿਹਾ ਸੀਗਾ ਹੁਣ ਭਾਰਤੀ ਜਨਤਾ ਪਾਰਟੀ ਨੂੰ ਗਾਲਾਂ ਕੱਢ ਰਿਹਾ ਹੁਣ ਜਿਹੜਾ ਬੰਦਾ ਇੰਨਾ ਕੁਛ ਬਦਲ ਜੇ ਮੈਨੂੰ ਤਾਂ ਲੱਗਦਾ ਵੀ ਕਾਂਗਰਸ ਦਾ ਫਾਇਦਾ ਹੋ ਜਾ ਲੋਕਾਂ ਦਾ ਫਾਇਦਾ ਹੋ ਜੂਗਾ ਮਤਲਬ ਠੀਕ ਹੈ ਹਾਂ ਡਟਿਆ ਰਹੇ ਬੰਦਾ ਸਾਰੀ ਉਮਰ ਇੱਕ ਪਾਰਟੀ ਨਿਗਾਵੇ ਨਗਾਉਣੀ ਚਾਹੀਦੀ ਆ ਸਾਨੂੰ ਉਹ ਹੁਣ ਮਰੇ ਇੱਧਰ ਦੇਖਣ ਲੱਗਾ ਇੱਧਰ ਮਾਰ ਗਿਆ ਛਾਲ ਮਤਲਬ ਪਹਿਲਾਂ ਇਹਨਾਂ ਨੂੰ ਤੁਹਾਡੇ ਸਾਹਮਣੇ ਹੈ ਡਾਕਟਰ ਮਨਮੋਹਨ ਸਿੰਘ ਚਲੋ ਸਾਡਾ ਵਿਚਾਰਾਂ ਦਾ ਰੌਲਾ ਹੋ ਸਕਦਾ ਉਹ ਨਰਮ ਪ੍ਰਧਾਨ ਮੰਤਰੀ ਉਹਦੇ ਖਿਲਾਫ਼ ਬੋਲਦਾ ਰਿਹਾ ਸੋਨੀਆ ਗਾਂਧੀ ਦੇ ਖਿਲਾਫ਼ ਬੋਲਦਾ ਰਿਹਾ ਮੈਂ ਤਾਂ ਕਹਿੰਦਾ ਸ਼ਰਮ ਉਹਨਾਂ ਨੂੰ ਚਾਹੀਦਾ ਰਿਹਾ ਇਹਨੂੰ ਇਹੋ ਜਿਹੇ ਬੰਦੇ ਨੂੰ ਲੈਂਦੇ ਨੇਗੇ ਮਤਲਬ ਜਿਹੜਾ ਪਹਿਲਾਂ ਪਾਰਟੀ ਦੇ ਖਿਲਾਫ਼ ਬੋਲਦਾ ਹੋਵੇ ਮਤਲਬ ਸਵਾਲ ਹੀ ਨਹੀਂ ਪਤਾ ਲਵੇ ਲੱਗਣ ਦੇ ਦੀ ਉਹਨੂੰ ਉਹ ਨਾ ਕੋਈ ਫਾਇਦਾ ਹੋਣ ਵਾਲਾ ਅਤੇ ਨਾ ਹੋਣਾ ਪਰ ਲੋਕ ਤਾਂ ਨਾਲ ਨਾਲ ਜਿਸ ਦਿਨ ਪ੍ਰਧਾਨ ਬਣਿਆ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਗਿਆ ਲੋਕ ਤਾਂ ਨਾਲ ਨਾਲ ਸਿੱਧੂ ਸਿੱਧੂ ਕਰਦੇ ਫਿਰਦੇ ਲੋਕਾਂ ਨੇ ਉਹਦਾ ਵਿਰੋਧ ਵੀ ਕਰਿਆ ਉਹ ਕਿਹਨੂੰ ਦੱਸਦੇ ਤੁਸੀਂ ਪ੍ਰੈਸ ਵਾਲੇ ਉਹ ਵੀ ਦੱਸਿਆ ਸੀਗਾ ਦੱਸਿਆ ਨਹੀਂ ਘੱਟ ਦੱਸਿਆ ਜਿੰਨਾ ਦੱਸ ਦਿਓ ਸਮਾਗਤ ਜ਼ਿਆਦਾ ਜਿੰਨਾ ਵਿਰੋਧ ਹੋਇਆ ਉਨਾ ਹੀ ਦੱਸਿਆ ਨਹੀਂ ਨਹੀਂ ਮੇਰਾ ਖਿਆਲ ਹੈ ਕਿ ਵੀ ਜਿੰਨਾ ਉਹਦਾ ਮਤਲਬ ਦੂਜੇ ਲੋਕਾਂ ਨੇ ਸਮਾਗਤ ਕਰਿਆ ਵਿਰੋਧੀਆਂ ਨੇ ਤਾਂ ਉਹ ਵੀ ਬਰਾਬਰ ਦੇਖੋ ਮੇਰੀ ਗੱਲ ਸੁਣੋ ਬਹੁਤ ਲੋਕ ਨੇ ਵੀ ਅੱਜ ਸਿੱਧੂ ਨੂੰ ਵਧੀਆ ਕਹਿ ਦਿਓ ਸਵੇਰੇ ਕੰਮ ਲਵਾਂਗੇ ਇਹ ਸ਼ਾਇਦ ਕਦੇ ਨਾ ਕਦੇ ਕੋਈ ਵੱਡਾ ਲੀਡਰ ਉੱਭਰ ਕੇ ਆ ਸਕਦਾ ਲੋਕ ਤਾਂ ਇੱਧਰ ਨੂੰ ਚੱਲਦੇ ਲੋਕ ਤਾਂ ਇਹੋ ਜਿਹੇ ਮੈਂ ਘਟੀਆ ਲੋਕ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਤੁਰੇ ਫਿਰਦੇ ਨੇਗੇ ਜਿਹੜਾ ਵਿਰੋਧੀ ਹੈ ਮਤਲਬ ਇੱਕ ਦੁਸ਼ਮਣ ਹੈ ਪਾਰਟੀ ਲੋਕਾਂ ਦੀ 99% ਲੋਕਾਂ ਦੀ ਦੁਸ਼ਮਣ ਹੈ ਲੋਕ ਤਾਂ ਉਹਨਾਂ ਨਾਲ ਤੁਰੇ ਫਿਰਦੇ ਨੇ ਇਹ ਕੁਛ ਨਹੀਂ ਹੁੰਦਾ ਹੁੰਦਾ ਉਹ ਕਹਿੰਦਾ ਪਰ ਪਾਰਟੀਆਂ ਨੂੰ ਆਪਦਾ ਸਟੈਂਡ ਰੱਖਣਾ ਚਾਹੀਦਾ ਵੀ ਕਿਹੜਾ ਬੰਦਾ ਕੀ ਬੋਲਦਾ ਕਿਹੜਾ ਕੀ ਬੋਲਦਾ ਉਹੋ ਜਿਹੇ ਬੰਦੇ ਨੂੰ ਲੈਣਾ ਚਾਹੀਦਾ ਜੇ ਭਾਜਪਾ ਨੇ ਕਾਨੂੰਨ ਰੱਦ ਕਰਤੇ ਫਿਰ ਪਾਰਟੀ ਠੀਕ ਹੋ ਜੂ ਭਾਜਪਾ ਦਾ ਵਿਰੋਧ ਰਹੂਗੀ ਰਹੂਗਾ ਤਾਂ ਹੀ ਤਾਂ ਪ੍ਰਧਾਨ ਮੰਤਰੀ ਕਰਦਾ ਨੀਗਾ ਜਦੋਂ ਮਨਾਂ ਤੋਂ ਘੇਰਾਂ ਲੈ ਜੇ ਫਿਰ ਮੁਸ਼ਕਲ ਹੋ ਜਾਂਦਾ ਮਨਾਂ ਤੋਂ ਤਾਂ ਸਾਡਾ ਘਰ ਦਾ ਮੁੰਡਾ ਲੈ ਜੇ ਉਹ ਨਹੀਂ ਮਨ ਚਾਹੁੰਦਾ ਹੁੰਦਾ ਵੀ ਖਰਾਬ ਕਰਦਾ ਗਾ ਇਹ ਤਾਂ ਮਨਾਂ ਤੋਂ ਲੈ ਗਈ ਪਾਰਟੀ ਤੋਮਰ ਸਾਹਿਬ ਖੇਤੀ ਕਾਨੂੰਨ ਤਾਂ ਹਲੇ ਰੱਦ ਕਰਨ ਦੀ ਗੱਲ ਦੂਰ ਆ ਉਹ ਤਾਂ ਇਹ ਵੀ ਨਹੀਂ ਕਹਿੰਦੇ ਕਿ ਸਾਡੇ ਕੋਲ ਡਾਟਾ ਹੈਗਾ ਵੀ ਕਿਸਾਨ ਕਿੰਨੇ ਸ਼ਹੀਦ ਹੋਏ ਆ ਇਸ ਅੰਦੋਲਨ 'ਚ ਐਦੂ ਘਟੀਆ ਸਰਕਾਰ ਹੋ ਸਕਦੀ ਹੈ ਐਦੂ ਘਟੀਆ ਮੰਤਰੀ ਹੋ ਸਕਦਾ ਜਿਹਦੇ ਕੋਲ ਮਰਨ ਜੰਮਣ ਦਾ ਡਾਟਾ ਨਹੀਂ ਐਦੂ ਘਟੀਆ ਜਾਂਦਾ ਉਹ ਇਹ ਤਾਂ ਇਹਨਾਂ ਤਾਂ ਆਪਾਂ ਕਿਸੇ ਨੂੰ ਸ਼ਹੀਦ ਨਹੀਂ ਮੰਨਿਆ ਅਸੀਂ ਇਹ ਸ਼ਹੀਦਾਂ ਦਾ ਕੋਈ ਸਰਟੀਫਿਕੇਟ ਨਹੀਂ ਸਰਕਾਰ ਤੋਂ ਲੈਣਾ ਆ ਸਾਡੇ ਸ਼ਹੀਦ ਨੇ ਜੇ ਅੱਜ ਸਰਕਾਰ ਕੁਛ ਨਾ ਦੇਊ ਜਿੱਦੇ ਸਾਡਾ ਹੱਥ ਉੱਤੇ ਆ ਉਹਦੇ ਦੇ ਦਾਂਗੇ ਅਸੀਂ ਹਮੇਸ਼ਾ ਵਾਸਤੇ ਦਿੰਦੀਆਂ ਆਈਆਂ ਪਾਰਟੀਆਂ ਚੱਲ ਅੱਜ ਸਾਡੇ ਸੂਕ ਮੋਰਚੇ ਦੀ ਆ ਵੀ ਅਸੀਂ ਰਾਜਨੀਤੀ ਗੱਲ ਨਹੀਂ ਕਰਨੀ ਅਸੀਂ ਆਪਦਾ ਸੰਘਰਸ਼ ਲੜਨਾ ਪਹਿਲ ਸਾਡਾ ਸੰਘਰਸ਼ ਹੈ ਇੱਥੇ ਡਟੇ ਰਹਿਣਾ ਸਿਆਸੀ ਲੀਡਰ ਜੇਕਰ ਚੰਗੇ ਨਹੀਂ ਹੈਗੇ ਤਾਂ ਕਿਉਂ ਨਾ ਕਿਸਾਨ ਆਗੂਆਂ ਨੂੰ ਚੋਣ ਲੜਾ ਦਿੱਤੀ ਜਾਵੇ ਦੁਬਾਰੇ ਬੋਲੋ ਮੈਂ ਕਿਹਾ ਜੇਕਰ ਸਿਆਸੀ ਲੀਡਰ ਚੰਗੇ ਨਹੀਂ ਹੈਗੇ ਕਿਉਂ ਨਾ ਕਿਸਾਨ ਆਗੂਆਂ ਨੂੰ ਚੋਣ ਲੜਾ ਦਿੱਤੀ ਜਾਵੇ ਆਪਣੀ ਕਹਾਵਤ ਆ ਪੰਜਾਬੀਆਂ ਦੀ ਦੋ ਬੇੜੀਆਂ 'ਤੇ ਚੜ੍ਹਨਾ ਡੁੱਬ ਜਾਂਦਾ ਬੰਦਾ ਇੱਕ ਸਾਡਾ ਮੋਰਚਾ ਇੱਕ ਰਾਜਨੀਤੀ ਹੈ ਦੋ ਬੇੜੀਆਂ 'ਤੇ ਪੈਰ ਹੋ ਜੂਗਾ ਹੁਣ ਅਸੀਂ 32 ਦੇ 32 ਲੀਡਰ ਜਾ ਕੇ MLA ਖੜੇ ਹੋ ਜੀ ਇੱਥੇ ਕੌਣ ਰਹੂਗਾ ਮਤਲਬ ਸਾਬਰ ਸੁਦਾਗ ਦਾ ਸਾਡਾ ਦੇਖੋ ਵੀ ਅਸੀਂ ਨਹੀਂ ਉੱਧਰ ਨੂੰ ਜਾਣਾ ਮਤਲਬ ਕਰਨਾ
टिकट सब संसद आप लोग पहुंच गए जंतर मंतर, किसान संसद आयोजित कर रहे हैं, क्या संदेश देना चाहते हैं? ये गेट जंतर मंतर का है, वो पर्ले वाला गेट पार्लियामेंट का है। हाँ जी, हम दोनों के बीच में क्या संदेश देने आए हैं? संदेश क्या देने आए? टिकट साहब क्या संदेश देने के लिए? संदेश ये है कि हम किसान हैं, किसान संसद चलाना जानता है, अपनी किसानों की संसद लगेगी, उसको चलाएंगे हम। क्या होगा किसान संसद में? अरे अपनी बात रखेंगे। कौन सी बात? सारी बात रखेंगे, किसान की बात करेंगे, चर्चा करेंगे, हर रोज यहाँ पर आएंगे। 13 तारीख तक ये जो छावनी बना दिया है प्रशासन ने, इस पे क्या कहेंगे? मीडिया को भी रोका जा रहा है, मीडिया को भी नहीं आने दिया जा रहा। किसान का आंदोलन और पुलिस की छावनी ना हो तो कैसा आंदोलन? तो मीडिया को भी रोका जा रहा है, मीडिया को भी नहीं आने दे रहे। आप ही दिखा रहे मीडिया वाले, हमारी सरकार, हमारी सरकार तो यही इलाज तो आपका भी करेंगे भाई। क्या लगता है सरकार तक आपकी बात पहुँचेगी? टिकट सब सरकार तक जाएगी बात, वही जाएगी। सुनील।